ਪਿਛਲੇ ਦਿਨੀ ਸਾਬਕਾ ਪੁਲਿਸ ਕਪਤਾਨ ਸਵਰਨ ਸਿੰਘ ਘੋਟਨਾ ਦੀ ਮੌਤ ਦੇ ਬਾਅਦ ਉਸਦੇ ਪਰਿਵਾਰ ਵੱਲੋਂ ਅਖੰਡ ਪਾਠ ਦੇ ਭੋਗ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘਾਂ ਵੱਲੋਂ ਕੀਰਤਨ ਕਰਨ ਤੋਂ ਇਨਕਾਰ ਕਰਨ ਨਾਲ ਇੱਕ ਨਵੀਂ ਕਿਸਮ ਦੀ ਚਰਚਾ ਛਿੜ ਪਈ ਹੈ। ਬਲਦੇਵ ਸਿੰਘ ਵਡਾਲਾ ਅਤੇ ਰਾਗੀ ਸਿੰਘਾਂ ਦਾ ਕਹਿਣਾ ਸੀ ਕਿ ਸਵਰਨ ਸਿੰਘ ਘੋਟਨਾ ਨੇ ਪੰਜਾਬ ਵਿੱਚ ਖਾੜਕੂਵਾਦ ਦੇ ਦਿਨਾਂ ਦੌਰਾਨ ਬਹੁਤ ਸਾਰੇ ਨੌਜਵਾਨਾਂ ਤੇ ਤਸ਼ੱਦਦ ਢਾਇਆ ਸੀ, ਜਿਸ ਕਾਰਨ ਉਹਨਾਂ ਨੇ ਇਹ ਫੈਸਲਾ ਲਿਆ ਹੈ। ਸਿਆਸੀ ਪਾਰਟੀਆਂ ਦੇ ਆਗੂਆਂ ਨੇ ਰਾਗੀ ਸਿੰਘਾਂ ਦੇ ਕਦਮ ਦੀ ਆਲੋਚਨਾ ਕੀਤੀ ਹੈ, ਪਰ ਦੂਜੇ ਪਾਸੇ ਸਿੱਖ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਬਾਦਲ ਸਵਰਨ ਸਿੰਘ ਖਿਲਾਫ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਤਲ ਦੀ ਹੋਈ ਜਾਂਚ ਨੂੰ ਜਨਤਕ ਕਰਨ। ਸਾਬਕਾ ਐਸਐਸਪੀ ਸਵਰਨ ਸਿੰਘ ਘੋਟਨਾ ਦੇ ਨਾਮ ਨਾਲ ਘੋਟਨਾ ਸ਼ਬਦ ਇਸ ਕਰਕੇ ਪਿਆ ਕਿ ਉਹ ਆਪਣੇ ਸੇਵਾ ਕਾਲ ਦੌਰਾਨ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀਆਂ ਲੱਤਾਂ ਤੇ ਘੋਟਨਾ ਫੇਰਦੇ ਸਨ। ਹੁਣ ਸਵਰਨ ਸਿੰਘ ਘੋਟਨਾ ਦੀ ਪਿਛਲੇ ਦਿਨੀ ਲੰਮੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ। ਉਹਨਾਂ ਦੇ ਭੋਗ ਉੱਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ ਨੇ ਕੀਰਤਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਰਾਗੀਆਂ ਵੱਲੋਂ ਉਸ ਦੇ ਭੋਗ ਤੇ ਕੀਰਤਨ ਨਾ ਕਰਨ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ, ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਵੀ ਇਸ ਘਟਨਾ ਤੋਂ ਆਪਣਾ ਪੱਲਾ ਝਾੜਦਿਆਂ ਇਸ ਨੂੰ ਰਾਗੀ ਸਿੰਘਾਂ ਵੱਲੋਂ ਲਿਆ ਗਿਆ ਉਹਨਾਂ ਦਾ ਨਿੱਜੀ ਫੈਸਲਾ ਕਰਾਰ ਦਿੱਤਾ ਹੈ। ਬਾਕੀ ਜੇ ਰੋਕਿਆ ਹੁੰਦਾ ਤਾਂ ਫਿਰ ਉਹ ਚਾਰ ਜਥੇ ਜਿਹੜੇ ਜਲੰਧਰੋਂ ਗਏ ਉਹ ਕਿਵੇਂ ਚਲੇ ਜਾਂਦੇ? ਇਹ ਕੋਈ ਇਹੋ ਜਿਹਾ ਆਦੇਸ਼ ਨਹੀਂ ਸੀ, ਇਹ ਆਪਣੇ ਸਾਡੇ ਜਥਿਆਂ ਦੀ ਆਪਣਾ ਫੈਸਲਾ ਸੀ ਕਿ ਅਸੀਂ ਨਹੀਂ ਜਾਣਾ। ਛੱਡੋ ਜੀ, ਮੈਂ ਅਧਿਕਾਰੀ ਨੂੰ ਸਸਪੈਂਡ ਥੋੜ੍ਹਾ ਇਹਨਾਂ ਦੇ ਪਿੱਛੇ ਕਰ ਦੇਣਾ, ਉਹਨਾਂ ਦੀ ਭਾਵਨਾ ਮੈਂ ਨਹੀਂ ਕਰਨਾ ਸੀ। ਇਸ ਦੇ ਨਾਲ ਹੀ ਰਾਗੀਆਂ ਵੱਲੋਂ ਘੋਟਨਾ ਦੇ ਭੋਗ ਤੇ ਕੀਰਤਨ ਕਰਨ ਤੋਂ ਇਨਕਾਰ ਕਰਨ ਦੀ ਘਟਨਾ ਨੂੰ ਭਾਜਪਾ ਦੀ ਨੇਤਾ ਲਕਸ਼ਮੀ ਕਾਂਤਾ ਚਾਵਲਾ ਨੇ ਮੰਦਭਾਗਾ ਕਿਹਾ। ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਸਵਰਨ ਸਿੰਘ ਘੋਟਨਾ ਨੇ ਪੰਜਾਬ 'ਚ ਅਮਨ ਅਮਾਨ ਕਾਇਮ ਕਰਨ 'ਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ। तो ऐसे ऑफिसर के अंत समय जब उसको श्रद्धांजलि देने का समय आया है, कोई विवाद पैदा करना, आतंकवादियों के पक्ष में बात करना है, और याद रखना होगा कि जो आज आतंकवादियों के खेमे में खड़े होंगे, ना उनको देश ने पहले माफ़ किया है, ना देश उनको आगे कभी माफ़ करेगा। इस मामले ते श्री अकाल तख्त के जथेदार ज्ञानी गुरबचन सिंह की राय ली गई तो उन्होंने कहा कि वह इस सारे मामले की पड़ताल करवाएंगे। ਉਹ ਸਿੰਘ ਸਾਹਿਬਾਨ ਨਾਲ ਵਿਚਾਰ ਕਰ ਲਵਾਂਗੇ, ਜੇ ਉਹ ਸਾਰੇ ਸਿੰਘ ਸਾਹਿਬਾਨਾਂ ਦੀ ਵਿਚਾਰ ਹੋਊਗੀ ਉਹਦੇ ਅਨੁਸਾਰ ਸੰਗਤਾਂ ਨੂੰ ਸੁਚੇਤ ਕਰਾਂਗੇ। ਸਵਰਨ ਸਿੰਘ ਘੋਟਨਾ ਦੇ ਨਾਲ ਜੁੜੇ ਵਿਵਾਦਾਂ ਬਾਰੇ ਜਦੋਂ ਡੇ ਐਂਡ ਨਾਈਟ ਦੀ ਟੀਮ ਨੇ ਗੁਰਦਾਸਪੁਰ ਜ਼ਿਲ੍ਹੇ 'ਚ ਉਸਦੇ ਜੱਦੀ ਪਿੰਡ ਜਾ ਕੇ ਪਿੰਡ ਦੇ ਲੋਕਾਂ ਦੀ ਰਾਏ ਲਈ ਤਾਂ ਉਹਨਾਂ ਨੇ ਸਵਰਨ ਸਿੰਘ ਘੋਟਨਾ ਬਾਰੇ ਦੱਸਿਆ ਕਿ ਉਹ ਇੱਕ ਚੰਗਾ ਇਨਸਾਨ ਸੀ ਅਤੇ ਹਰ ਕਿਸੇ ਨਾਲ ਮਿਲਣਸਾਰ ਰੂਹ ਦਾ ਆਦਮੀ ਸੀ। ਫਿਰ ਇਹਨੇ ਉੱਥੇ ਜਲੰਧਰ ਇੱਕ ਕਰਨਲ ਦੇ ਘਰੋਂ ਬੜਾ ਅਸਲਾ ਫੜਿਆ, ਉਹਦੇ ਵਿੱਚ ਇਹ ਫਿਰ SP ਬਣ ਗਿਆ। SP ਡੀ ਲਾ ਕੇ ਅਤੇ ਇਹਨੂੰ ਮੁੜ ਕੇ KPS ਗਿੱਲ ਨੇ ਨਾ ਇਹਨੂੰ ਕਪੂਰਥਲੇ ਦਾ SSP ਲਾ ਤਾ। ਪਰ ਇਸ ਸਭ ਦੇ ਚੱਲਦਿਆਂ ਇਹ ਗੱਲ ਵੀ ਕਾਫ਼ੀ ਅਹਿਮ ਹੈ ਕਿ ਸਵਰਨ ਸਿੰਘ ਘੋਟਨਾ ਅਤੇ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਹਿਰਾਸਤ 'ਚ ਕਤਲ ਕਰਨ ਦੇ ਦੋਸ਼ ਵੀ ਸਨ। 1997 'ਚ ਇਹਨਾਂ ਦੋਸ਼ਾਂ ਦੀ ਜਾਂਚ ਪੰਜਾਬ ਪੁਲਿਸ ਦੇ ADGP BP ਤਿਵਾੜੀ ਨੇ ਕੀਤੀ ਸੀ ਅਤੇ ਉਹਨਾਂ ਨੇ ਸਵਰਨ ਸਿੰਘ ਘੋਟਨਾ ਦੇ ਖਿਲਾਫ਼ ਆਪਣੀ ਜਾਂਚ ਰਿਪੋਰਟ ਸਰਕਾਰ ਨੂੰ ਵੀ ਸੌਂਪ ਦਿੱਤੀ ਸੀ। ਪਰ ਪੰਜਾਬ ਸਰਕਾਰ ਨੇ ਹਾਲੇ ਤੱਕ ਘੋਟਨਾ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਸੀ। ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਇਸ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ ਅਤੇ ਰਾਗੀ ਸਿੰਘਾਂ ਵੱਲੋਂ ਸਵਰਨ ਸਿੰਘ ਦੇ ਭੋਗ ਤੇ ਕੀਰਤਨ ਨਾ ਕਰਨ ਦੀ ਗੱਲ ਦੀ ਸ਼ਲਾਘਾ ਕੀਤੀ ਹੈ। ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਨੇ ਉਹਨਾਂ ਨੇ ਆਪਣੀ ਆਤਮਾ ਦੀ ਆਵਾਜ਼ ਸੁਣੀ ਹੈ। ਉਹਨਾਂ ਦੀ ਆਤਮਾ ਨੇ ਉਹਨਾਂ ਨੂੰ ਇੱਕੋ ਗੱਲ ਕਹੀ ਹੈ ਕਿ ਜਿਸ ਸ਼ਖਸ ਨੇ ਬੁੱਚੜ ਬਣ ਕੇ ਸਿੱਖ ਨੌਜਵਾਨੀ ਦਾ ਘਾਨ ਕੀਤਾ ਹੋਵੇ, ਉਸਦੇ ਅੰਤਮ ਜਿਹੜੀ ਰਸਮਾਂ ਨੇ ਉਹਦੇ 'ਚ ਕੀਰਤਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਭਾਈ ਮੋਹਨ ਸਿੰਘ ਨੇ ਕਿਹਾ ਕਿ ਜਿਵੇਂ ਜਲ੍ਹਿਆਂਵਾਲੇ ਬਾਗ 'ਚ ਜਨਰਲ ਡਾਇਰ ਵੱਲੋਂ ਵੀ ਆਪਣੀ ਡਿਊਟੀ ਨਿਭਾਉਣ ਦੇ ਨਾਮ ਹੇਠ ਸੈਂਕੜੇ ਲੋਕਾਂ ਦਾ ਘਾਣ ਕੀਤਾ ਗਿਆ ਸੀ ਅਤੇ ਉਸਦੇ ਕਈ ਸਾਲਾਂ ਬਾਅਦ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਉਸ ਘਟਨਾ ਨੂੰ ਸ਼ਰਮਨਾਕ ਕਰਾਰ ਦਿੱਤਾ, ਉਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਵੀ ਉਸਦੇ ਪੁਲਿਸ ਅਫਸਰਾਂ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਨੂੰ ਸ਼ਰਮਨਾਕ ਕਰਾਰ ਦਿੱਤਾ ਜਾਣਾ ਚਾਹੀਦਾ। ਉਹਦੇ ਭੋਗ 'ਤੇ ਜਿਹੜਾ ਭਾਈ ਕੁਲਦੀਪ ਸਿੰਘ ਜੀ ਨਹੀਂ ਭਾਈ ਬਲਦੇਵ ਸਿੰਘ ਜੀ ਵਡਾਲਾ ਰਾਗੀ ਜਥਾ ਨਹੀਂ ਗਿਆ, ਇਹ ਬਹੁਤ ਵਧੀਆ ਕੰਮ ਹੋਇਆ। ਸੋ ਜ਼ਰੂਰੀ ਹੈ ਕਿ ਸਿੰਘ ਸਾਹਿਬਾਨ ਇਸ ਬਾਰੇ ਆਦੇਸ਼ ਜਾਰੀ ਕਰ ਦੇਣ ਤਾਂ ਕਿ ਕੋਈ ਵੀ ਗੁਰਦੁਆਰਾ ਕਮੇਟੀ ਜਾਂ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਇਹੋ ਜਿਹੀ ਗੱਲ ਨਾ ਕਰੇ ਤਾਂ ਕਿ ਜਿਹੜਾ ਵਾਦ ਵਿਵਾਦ ਇਹ ਨਾ ਛਿੜੇ। ਮੈਂ ਇਹ ਅਰਜ਼ ਬੇਨਤੀ ਕਰਨਾ ਚਾਹੁੰਦੀ ਹਾਂ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਕਿ ਜੇ ਤੁਸੀਂ ਸਾਡੇ ਲਈ ਕੁਝ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਜਿਵੇਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਸ਼ਹੀਦ ਕੀਤਾ ਹੋਵੇ ਉਹਦੇ ਪ੍ਰਤੀ ਤਾਂ ਸ਼੍ਰੋਮਣੀ ਕਮੇਟੀ ਦੀ ਅਤੇ ਅਕਾਲ ਤਖ਼ਤ ਸਾਹਿਬ ਦੀ ਜ਼ਿੰਮੇਵਾਰੀ ਬਣ ਗਈ ਹੈ ਕਿ ਉਹ ਇਹਨਾਂ ਲੋਕਾਂ ਨੂੰ ਆਇਡੈਂਟੀਫਾਈ ਕਰਨ ਅਤੇ ਮੈਂ ਸਮਝੀ ਇਹ ਇੱਕ ਆਗਾਜ਼ ਹੋਇਆ ਹੈ ਸੋਸ਼ਲ ਬਾਈਕਾਟ ਦਾ। ਦਲ ਖਾਲਸਾ ਦੇ ਮੁਖੀ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਸਵਰਨ ਸਿੰਘ ਘੋਟਨਾ ਦੇ ਭੋਗ ਮੌਕੇ ਕੀਰਤਨ ਨਾ ਕਰਕੇ
अपनी आत्मा की आवाज़ सुनी है। कंवरपाल सिंह ने मंग की है कि भाई गुरदेव सिंह कौंके के कतल संबंधी ADGP तिवाड़ी की रिपोर्ट नू मुख्यमंत्री बादल नू जनतक कर देना चाहिए, जिस नाल सवरण सिंह घोटना के गुण गाउण करन वाले सियासी आगुओं नू उसके काले कारनामे की जानकारी मिलेगी और उसके व्यक्तित्व बारे वह जान सकणगे। हाँ, बहुत चेर पहला ना ह्यूमन राइट्स ऑर्गेनाइजेशन सारिया मिलकर सरदार प्रकाश सिंह बादल को 1997 जदों की सरकार बनी सी ना तेनू जाके कहा सी कि जेडे अकाल तख्त के साबका जथेदार सरदार गुरदेव सिंह कौंके ने उन्होंने जी जुडिशल दे विच मौत हुई है, जी उन्होंने एक्सट्रा जुडिशल गैर संविधानक तरीके दे नाल तशद्दुद करके शहीद किया गया, उस बारे जाँच की जाए तो ADGP तिवाड़ी ने वो जाँच की। वो जाँच की जी रिपोर्ट है वो असैम्बली दे विच जां चीफ मिनिस्टर दे ऑफिस च धूड़ चट रही है। पिछले दिनी ऑपरेशन ब्लू स्टार नाल संबंधित रहने कारण जनरल रणजीत सिंह दयाल दे भोग मौके भी रागी सिंघां ने कीर्तन करन अते पाठ करन तो इनकार कर दिता सी। इसलिए स्वरण सिंह घोटना दे भोग मौके रागी सिंघां वल्लों लए स्टैंड नूं आपस च जोड़ के वेख्या जा सकता है। मनुखी अधिकारां दा उलंघन करन वाले अफसरां खिलाफ सिखां दे मनां च किते ना किते अजे भी रोस है। सिखां दे इस रोस नूं पंजाब सरकार नूं गंभीरता नाल लैणा चाहीदा है। जे मुख्यमंत्री प्रकाश सिंह बादल असल विच फखरे कौम ने तो उन्होंने स्वरण सिंह घोटना बारे ADGP तिवाड़ी की रिपोर्ट में जनतक करना चाहिए ताकि सारों उन्होंने कार्यों बारे सही जानकारी मिल सके। अमृतसर तो राजन गुसाई और गुरदासपुर तो गुरप्रीत चावला नाल सुरेंद्र सिंह, डे एंड नाइट न्यूज़। खबरां दी दुनिया विच आओ साडे नाल कदे भी ते कितों भी जुड़ो। आपां मिलांगे फेसबुक ते, असी दिखांगे यूट्यूब ते, सानू फॉलो करो ट्विटर ते। खबरां नाल जुड़े रहो दिन रात।